ਮਨਪ੍ਰੀਤ ਜੀ, ਅੱਜ ਇੱਕ ਕਾਲਾ ਕੋਟ ਤੁਸੀਂ ਪਾਏ ਦਾ ਤੇ ਇੱਕ ਮੈਂ ਪਾਏ ਦਾ, ਠੀਕ ਹੈ? ਉਹ ਕਾਲਾ ਕਾਲਾ ਕੋਟ ਮੇਰੇ ਦਰਜੀ, ਕੋਈ ਮੈਂ ਹਮੇਸ਼ਾ ਆਖ ਰਿਹਾ ਹਾਂ ਕਿ ਮੰਜ਼ਿਲ ਕੋਈ ਨਹੀਂ ਹੈ, ਸਫ਼ਰ ਹੀ ਸਭ ਤੋਂ ਵੱਡੀ ਚੀਜ਼। ਇੱਕ ਤਾਂ ਹੁੰਦਾ ਗਾਣਾ ਬੋਲਣਾ, ਰੋਜ਼ ਰੋਜ਼ ਪ੍ਰੋਗਰਾਮ ਕਰਨਾ ਗਾਣਾ ਬੋਲਣਾ, ਉਸਨੂੰ ਲੋਕ ਕਈ ਵਾਰ ਪ੍ਰੈਕਟਿਸ ਕੋ ਰਿਆਜ਼ ਆਪਣਾ, ਤਾਂ ਪ੍ਰੈਕਟਿਸ ਅਲੱਗ ਚੀਜ਼ ਹੋਣੀ ਹੈ। ਮੁਲਕ ਰਾਜ, ਤੁਸੀਂ ਕਿੱਥੋਂ ਆਏ ਹੋ? ਸਰ ਮੈਂ ਮੂੰਗਰੀ ਤੋਂ, ਡਿਸਟ੍ਰਿਕਟ ਉਧਮਪੁਰ। ਉਧਮਪੁਰ ਤੋਂ? ਅੱਛਾ, ਅਤੇ ਕੀ ਤੁਸੀਂ ਸਿੱਖਣੇ ਹੋ ਕਿਸੇ ਕੋਲੋਂ ਜਾਂ ਸ਼ੌਕੀਆ ਤੌਰ 'ਤੇ ਗਾਉਂਦੇ ਹੋ? ਸਰ ਸਿੱਖਦੇ ਵੀ ਰਹਿੰਦੇ ਹਾਂ ਔਰ ਰਿਆਜ਼ ਵਗੈਰਾ ਕਰਦੇ ਵੀ ਰਹਿੰਦੇ ਹਾਂ। ਅੱਛਾ ਜੀ ਸਰ, ਇਸ ਤੋਂ ਪਹਿਲਾਂ ਕਿਸੇ ਸ਼ੋਅ ਵਿੱਚ ਕੰਟੈਸਟ ਕੀਤਾ? ਨਹੀਂ ਸਰ, ਇਹ ਪਹਿਲਾ ਸ਼ੋਅ ਹੀ ਹੈ। ਪਹਿਲੀ ਵਾਰ ਹੈ? ਤਾਂ ਤੁਹਾਡਾ ਇਨਰੋਲਮੈਂਟ ਨੰਬਰ ਕੀ ਹੈ? 723। 723, ਕੀ ਸਿਨਾਰੀਓ ਸਾਨੂੰ? ਜੀ ਸਰ, ਸਾਨੂੰ ਕੀ ਸਿਨਾਰੀਓ ਸੀ ਅੱਜ? ਡੋਗਰੀ ਗਾਣਾ ਸਰ। ਡੋਗਰੀ ਗਾਣਾ, ਤਾਂ ਸ਼ੁਰੂ ਕਰੋ, ਇੰਤਜ਼ਾਰ ਤੁਹਾਡਾ। ਮੁਲਕ ਰਾਜ ਜੀ, ਜੀ ਸਰ, ਤੁਹਾਡੀ ਸ਼ੌਕ ਗਾਣਾ ਅਤੇ ਗਾਣੇ ਦੇ ਨਾਲ ਨਾਲ ਥੋੜ੍ਹਾ ਜਿਹਾ ਇਸ 'ਤੇ ਧਿਆਨ ਵੀ ਦੇਣਾ ਪਿਆ ਸੀ। ਰਿਆਜ਼ ਕਿਤੇ ਕੋਲ ਕਰਦੇ ਹੋ, ਕਿਸੇ ਉਸਤਾਦ ਕੋਲੋਂ ਜਾਂ ਆਪੋ ਕਰਦੇ ਹੋ? ਨਹੀਂ, ਆਪਾਂ ਹੀ ਕਰਦੇ ਹਾਂ ਸਰ। ਆਪੋ? ਜੀ ਸਰ। ਕਿਸੇ ਨੇ ਦੱਸਿਆ ਰਿਆਜ਼ ਕਿਸ ਤਰ੍ਹਾਂ ਕੱਢਦੇ? ਨਹੀਂ, ਥੋੜ੍ਹਾ ਬਹੁਤ ਸਿੱਖਿਆ ਸਰ ਕਿਸੇ ਕੋਲੋਂ, ਗਾਈਡ ਲੈਣ ਲੈਤੀ ਹੈ। ਕਿਸ ਕੋਲੋਂ? ਸਰ ਇਹ ਵਰਕਸ਼ਾਪ ਹੋਈ, ਉੱਧਰ ਵੀ ਲਿੱਤਾ ਔਰ ਪਹਿਲੇ ਵੀ ਕਰਦੇ ਰਹਿੰਦੇ ਹਾਂ। ਅੱਛਾ ਜੀ ਸਰ। ਨਹੀਂ, ਐਸਾ ਨਾ ਤੁਸੀਂ ਕਿਹਾ ਕਿ ਅਸੀਂ ਰਿਆਜ਼ ਕਰਦੇ ਹਾਂ, ਅਗਰ ਰਿਆਜ਼ ਕਰਦੇ ਹੋ ਤਾਂ ਤੁਸਾਂ ਦੇ ਇੰਨੇ ਸੁਰ ਨਹੀਂ ਗਿੱਟਣੇ ਚਾਹੀਦੇ ਜਿੰਨੇ ਅੱਜ ਕਰੇ, ਕਿਉਂਕਿ ਰਿਆਜ਼ ਵਾਲਾ ਬੰਦਾ ਦਿਸ ਰਹਿੰਦਾ ਔਰ ਜਾਂ ਤਾਂ ਗਲਤ ਰਿਆਜ਼ ਕਰਦੇ ਹੋ। ਅਗਰ ਕਿਸੇ ਉਸਤਾਦ ਕੋਲੋਂ ਪੁੱਛੋ ਰਿਆਜ਼ ਦਾ ਕੀ ਤਰੀਕਾ ਹੈ। ਨਹੀਂ, ਇੱਕ ਤਾਂ ਹੁੰਦਾ ਗਾਣਾ ਬੋਲਣਾ, ਰੋਜ਼ ਪ੍ਰੋਗਰਾਮ ਕਰਨਾ ਗਾਣਾ ਬੋਲਣਾ, ਉਸਨੂੰ ਲੋਕ ਕਈ ਵਾਰ ਪ੍ਰੈਕਟਿਸ ਕੋ ਰਿਆਜ਼ ਆਖਦੇ ਹਨ, ਤਾਂ ਪ੍ਰੈਕਟਿਸ ਅਲੱਗ ਚੀਜ਼ ਹੋਣੀ ਹੈ, ਰਿਆਜ਼ ਅਲੱਗ ਚੀਜ਼ ਹੋਣੀ ਹੈ। ਤਾਂ ਰਿਆਜ਼ ਦਾ ਕੋਈ ਤਰੀਕਾ ਪੁੱਛ ਲਿਓ, ਰਿਆਜ਼ ਕਰੋ, ਤਿਆਰੀ ਕਰੋ, ਇਨਸ਼ਾਅੱਲਾ ਤੁਸੀਂ ਚੰਗੀ ਗਾਉਂਦੇ ਹੋ, ਆਵਾਜ਼ ਵੀ ਠੀਕ ਹੈ, ਲੇਕਿਨ ਗਾਣਾ ਸਿੱਖਣਾ ਪੈਣਾ ਹੈ। ਠੀਕ ਹੈ ਜੀ? ਠੀਕ ਹੈ, ਠੀਕ। ਮੁਲਕ ਰਾਜ ਜੀ ਸਰ, ਕਾਲਾ ਕਾਲਾ ਕੋਟ ਕਹਿੰਦੇ ਪੈਂਟ ਵੀ ਗਾ ਲਈਏ, ਅੱਛੀ ਕੋਸ਼ਿਸ਼ ਸੀ। ਐਕਚੁਲੀ ਕਈ ਗੀਤ ਐਸੇ ਹੁੰਦੇ ਨਾ, ਉਹ ਇੰਨਾਂ ਅਗਰ ਉਹਨੇ ਦੇਖੋ ਤਾਂ ਬੜੇ ਆਸਾਨ ਲੱਗਦੇ ਨੇ, ਪਰ ਇਸ ਗੀਤ 'ਚ ਮੁਰਕੀ ਜਿਹੜੀ ਨਾ, ਉਹ ਬੜਾ ਜਗ੍ਹਾ ਟੂ ਜਗ੍ਹਾ ਮੁਰਕੀ ਲੈਣੀ ਥੋੜ੍ਹਾ ਔਖਾ ਕੰਮ ਹੈ।
ਔਰ ਤੁਹਾਡਾ ਥੋੜ੍ਹਾ ਜਿਹਾ ਉੱਥੇ ਮੈਨੂੰ ਲੱਗਦਾ ਕਿ ਰਹੀਏ ਕੰਮ। ਚਲੋ ਕੋਸ਼ਿਸ਼ ਕਰੋ, ਐਸਾ ਕੁਛ ਨਹੀਂ ਕਿ ਕੋਈ, ਮੈਂ ਹਮੇਸ਼ਾ ਆਖ ਰਿਹਾ ਕਿ ਮੰਜ਼ਿਲ ਕੋ ਦੇਣੀ ਹੈ, ਸਫ਼ਰ ਹੀ ਸਭ ਤੋਂ ਵੱਡੀ ਚੀਜ਼ ਹੈ। ਸਫ਼ਰ ਕਰਦੇ ਚਲੋ, ਖੁਸ਼ ਰਹੋ, ਬੈਸਟ ਆਫ ਲੱਕ। ਥੈਂਕ ਯੂ ਸਰ। ਮੁਲਕ ਰਾਜ ਜੀ, ਜੀ ਸਰ, ਅੱਜ ਇੱਕ ਕਾਲਾ ਕੋਟ ਤੁਸੀਂ ਪਾਏ ਦਾ ਤੇ ਇੱਕ ਮੈਂ ਪਾਏ ਦਾ, ਠੀਕ ਹੈ। ਔਰ ਜਿਵੇਂ ਸੁਰੇਸ਼ ਹੋਰ ਆਖਿਆ, ਕਿਸ ਗੀਤ ਐਸੇ ਹੁੰਦੇ ਫੋਕ ਦੇ ਜਿਹੜੇ ਅਸੀਂ ਸੁਣਨੇ ਆ ਨਾ, ਅਸੀਂ ਲੱਗਦਾ ਕਿ ਬੜੀ ਆਸਾਨੀ ਨਾਲ ਗਾਉਂਦੇ ਨੇ ਅਸੀਂ। ਉਹਦੇ 'ਚ ਕੋਈ ਇੱਕ ਅੱਧੀ ਅਸੀਂ ਘੁੰਡੀ ਵਿੱਚ ਹੁੰਦੀ ਨਾ, ਅਗਰ ਉਹ ਸਾਡੀ ਪਕੜ 'ਚ ਨਾ ਆਵੇ ਤਾਂ ਉਹ ਰੰਗ ਨਹੀਂ ਵੱਜਦਾ, ਅਸੀਂ ਲੱਗਦਾ ਗਾਣ ਨਹੀਂ ਪਊਗਾ ਕੋਈ ਬੜੇ ਮੁਸ਼ਕਿਲ। ਉਹਦੇ 'ਚ ਨੋਟ ਵੀ ਨਹੀਂ ਹੁੰਦੇ, ਹੈ ਨਾ। ਹੁਣ ਇੱਕ ਗੀਤ ਹੈ, ਮੈਂ ਉਸ ਗਾਣਾ ਹੁਣ ਆਈ ਹਾਂ, ਉਹ ਗੀਤ ਹੈ, ਉਹ ਪੂਰੀਆਂ ਗਲਾਈਆਂ ਜਗਤੈ ਭੁਗਤੈ, ਉਹ ਪੂਰੀਆਂ ਗਲਾਈਆਂ। ਇਹ ਜਿਹੜਾ ਕੱਟ ਹੈ ਨਾ ਉੱਥੇ, ਉੱਥੇ ਉਹ ਚੀਜ਼ ਲੋਕ ਪਕੜਦੇ, ਉਹ ਸਿੰਪਲ ਸੀ, ਉਹ ਬੁਰੀਆਂ ਗਲਾਈਆਂ, ਉਸ ਚੀਜ਼ ਨਹੀਂ ਕਰਦੇ। ਹੁਣ ਉਹਦੇ 'ਚ ਗਾਉਣ, ਉਹ ਰਾਤ ਕੱਟੀ ਤੇਰਾ ਵੋ ਕਰਟ, ਕੁਛ ਕਰੀਏ ਰਾਤ ਕੱਟੀ ਹੋ, ਉਹ ਬੁਰੀਆਂ ਗਲਾਈਆਂ ਹੀਣੇ ਵੋ ਜਗਤੇ ਭੁਗਤੇ। ਹੁਣ ਉਹ ਬੁਰੀਆਂ ਗਲਾਈਆਂ ਹੀਣੇ ਜਗਤੇ ਭੁਗਤੇ। ਉਹ ਜਿਹੜੀ ਵਿੱਚ ਫੋਕ ਦੀ ਛੰਡ ਆਈ ਨਾ ਵਿੱਚ, ਜਿਹੜਾ ਉਹ ਫੋਕ 'ਚ ਕੋਈ ਮਿਸ ਕਰੀ ਆਊ ਸੀ। ਹੁਣ ਗਾਣਾ ਬੜਾ ਸਿੰਪਲ ਹੈ, ਇਹ ਤਰੇ ਚੌ ਸੁਰਿਆ ਉੱਪਰ ਚਾਰ ਕੁ ਨੋਟ ਲੱਗਦੇ, ਇਹਦੇ 'ਚ ਕੋਈ ਪੰਜ ਸਹੀ। ਪਰ ਉਹ ਜਿਹੜਾ ਉਹ ਘੁੰਡੀ ਵਿੱਚ ਆ ਤੁਸੀਂ ਨਹੀਂ ਪਕੜੀ, ਅਤੇ ਉਹ ਚੀਜ਼ ਤੁਸੀਂ ਨਹੀਂ ਕਰਨੀ। ਔਰ ਉੱਪਰਾਂ ਤੋਂ ਜਿਹੜਾ ਮਸ਼ਹੂਰ ਚੀਜ਼ ਕੋਈ ਗਾਉਂਦੇ ਹੋ ਨਾ, ਤਾਂ ਸਾਰੇ ਮਾਇੰਡ 'ਚ ਥੋੜ੍ਹੀ ਥੋੜ੍ਹੀ ਹੁੰਦੀ, ਉਸ ਗੱਲੇ ਲੱਗਦਾ ਕਿ ਨਹੀਂ ਇਹ ਉਹ ਚੀਜ਼ ਨਹੀਂ ਹੋਈ ਸਕੀ। ਪਰ ਫਿਰ ਵੀ ਅਸ ਉਹਦਾ ਕਹਿੰਦਾ ਤੁਸੀਂ ਨਹੀਂ ਮੈਚ ਕਰਾ ਦੇ, ਅਸ ਤੁਹਾਡਾ ਗਾ ਸੁਰਤਾਲ ਦਿਖਾ ਦੇ। ਉਸ ਹਿਸਾਬ ਨੇ ਤੁਸੀਂ ਅੱਛਾ ਪਰਫੋਰਮ ਕੀਤਾ, ਕੋਸ਼ਿਸ਼ ਅੱਛੀ ਕੀਤੀ। ਪਰ ਇਹ ਹੈ ਕਿ ਸੰਗੀਤ ਇੱਕ ਬੜਾ ਵੱਡਾ ਸਮੁੰਦਰ ਹੈ, ਠੀਕ ਹੈ ਨਾ ਜੀ ਸਰ। ਆਸਾਂ ਜਾਂ ਦੱਚਾ ਕੋਈ ਤੋਪਾ ਵੀ ਨਹੀਂ ਚੱਖੇਦਾ, ਸਮਝੀ ਗੱਲ। ਔਰ ਜਿੰਨਾ ਤੁਸੀਂ ਕੀਤਾ ਬਿਹਤਰੀਨ ਕੀਤਾ, ਔਰ ਜਿੰਨਾ ਤੁਸੀਂ ਕਰੀ ਸਕਦੇ ਹੋ ਇਹਦੇ ਕੋਲ ਕਈ ਦਰਜੇ ਬਿਹਤਰੀਨ ਕਰੀ ਸਕਦੇ ਹੋ। ਬਹੁਤ ਬਹੁਤ ਸ਼ੁਭਕਾਮਨਾ ਤੁਸੀਂ। ਥੈਂਕ ਯੂ ਸਰ, ਥੈਂਕ ਯੂ ਸੋ ਮਚ।